ਮੈਂ 1 ਕਰੋੜ ਰੁਪਇਆ ਆਪਣੇ ਫੰਡ ਚੋਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਹਸਪੀਟਲਸ ਨੂੰ ਦੇ ਦਿੱਤਾ। ਤੁਹਾਨੂੰ ਖੁਸ਼ੀ ਹੋਊਗੀ, 4 ਦਿਨਾਂ ਦੇ ਅੰਦਰ ਅੰਦਰ ਮੈਂ ਇੱਕ ਐਂਬੂਲੈਂਸ, ਨਵੀਂ ਐਂਬੂਲੈਂਸ ਖਰੀਦ ਲਈ ਹੈ, ਉਹਦੇ ਵਿੱਚ ਵੈਂਟੀਲੇਟਰ ਲਾ ਦਿੱਤਾ ਹੈ। ਅੱਜ ਆਪਣੇ ਪੰਜਾਬ 'ਚ ਪਹਿਲੀ ਐਂਬੂਲੈਂਸ ਹੋਣੀ ਹੈ ਜਿਹਦੇ ਵਿੱਚ ਵੈਂਟੀਲੇਟਰ ਹੈਗਾ। ਉਹ ਕੱਲ੍ਹ ਮੈਂ ਬਣ ਕੇ ਆ ਰਹੀ ਹੈ ਅਤੇ ਕੱਲ੍ਹ ਮੈਂ ਫਿਰੋਜ਼ਪੁਰ ਦੇ ਹਸਪੀਟਲ ਨੂੰ ਮੈਂ ਪ੍ਰਜੈਂਟ ਕਰ ਦੂੰਗਾ। ਜੇ ਮੈਂ 4-5 ਦਿਨਾਂ 'ਚ ਇੰਤਜ਼ਾਮ ਕਰ ਸਕਦਾ ਤੇ ਜਿਹੜੇ ਪੰਜਾਬ ਸਰਕਾਰ ਕੀ ਇੰਨੀ ਪ੍ਰੋਟੈਕਟਿਵ ਕੇਅਰ ਅਤੇ ਉਨੀ ਚੀਜ਼ਾਂ ਪੰਜਾਬ ਵਾਸਤੇ ਹਸਪਤਾਲ 'ਚ ਨਹੀਂ ਕਰ ਸਕਦੀ। ਇੱਧਰ ਆ ਜਾਓ।